पंजाब च शॉर्ट सर्किट नाल अग लगण दीआं घटनावां विच लगातार वाधा हुंदा जा रहा है। इस दरमियान जलंधर दे भारगू कैंप खेतर विच इक घर विच अचानक अग लग गई, जिस कारण भारी नुकसान हो गया। इस बारे घर दे मालक सूरज प्रकाश ने दस्या कि ओह अपने काम ते गया होया सी अते घर विच उसदी पत्नी अते बच्चे मौजूद सन। उन्हां देखिया कि फ्रिज दे पिछों धुआं निकल रहा है। हाले धुएं दा पता ही लगा सी कि अचानक चिंगियाड़ी निकल के फ्रिज दे नाल पए बैड उत्ते रखे कपड़िया उत्ते डिग पई, जिस नाल घर विच अग लग गई। एकदम लगी अग कारण घर विच चीख चिहाड़ा मच गया अते किसी ने तुरंत फायर ब्रिगेड नूं फोन कीता। मौके ते पहुंची फायर ब्रिगेड दी टीम ने करीब 2.5 घंटे दी मशक्कत तों बाद अग ते काबू पाया। उधर सूचना मिलण ते इलाके दे विधायक सुशील कुमार रिंकू अते भाजपा आगू महेंद्र सिंह भगत ने मौके उत्ते पहुंच के पीड़ित परिवार नाल हमदर्दी प्रगटाई। इस मौके फायर ब्रिगेड दे अधिकारी ने जानकारी दित्ती। ਅੱਗ ਕਾਫੀ ਅੰਦਰ ਤੱਕ ਫੈਲ ਚੁੱਕੀ ਸੀ, ਬੈੱਡ ਦੇ ਅੰਦਰ ਤੱਕ ਜਾ ਚੁੱਕੀ ਸੀ ਤੇ ਉਹ ਫਿਰ ਸੜ ਗਿਆ ਸਾਰਾ ਬੈੱਡ। ਫਿਰ ਉਹਨੂੰ ਬਾਹਰ ਸ਼ੁਰੂ ਹੋ ਗਿਆ, ਮੈਂ ਕਿਤੇ ਬਾਹਰ ਲਿਆਂਦਾ, ਅੱਗ ਨੂੰ ਕੰਟਰੋਲ ਕਰ ਲਿਆ। ਹੁਣ 4 ਗੱਡੀਆਂ ਲੱਗੀਆਂ ਹੈਗੀਆਂ। ਅੱਗ ਨਾਲ ਕਿੰਨਾ ਕੁ ਨੁਕਸਾਨ ਹੋਇਆ ਤੇ ਕੀ ਕੀ ਸੜ ਗਿਆ? ਸਰ ਇਹ ਤੁਹਾਨੂੰ ਮਾਲਕ ਦੱਸਣਗੇ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ। ਤੇ ਸੜਿਆ ਕੀ ਕੀ ਹੈ? ਸੜਿਆ ਸਰ ਅੰਦਰ ਬੈੱਡ ਵਗੈਰਾ ਸੜ ਗਿਆ, ਅੰਦਰ ਤੇ ਫ੍ਰਿਜ ਵਗੈਰਾ ਸੜ ਗਿਆ। ਇਹ ਜਿਨ੍ਹਾਂ ਦੇ ਘਰ ਅੱਗ ਲੱਗੀ ਉਹਨਾਂ ਦਾ ਆਰੋਪ ਹੈ ਕਿ ਦਮਕਲ ਵਿਭਾਗ ਦੀਆਂ ਗੱਡੀਆਂ ਜਿਹੜੀਆਂ ਹੈਗੀਆਂ ਕਾਫੀ ਲੇਟ ਆਈਆਂ, ਅਗਰ ਟਾਈਮ ਤੇ ਆ ਜਾਂਦੀਆਂ ਤਾਂ ਹੋ ਸਕਦਾ ਇੰਨਾ ਨੁਕਸਾਨ ਨਾ ਹੁੰਦਾ। ਸਰ ਜਿਨ੍ਹਾਂ ਦੇ ਘਰ ਅੱਗ ਲੱਗੀ ਆ ਉਹਨਾਂ ਨੂੰ ਖੁਦ ਨਹੀਂ ਪਤਾ ਕਿ ਸਾਡੇ ਘਰ ਦੇ ਅੰਦਰ ਕੀ ਕੀ ਸਮਾਨ ਪਿਆ ਹੋਇਆ ਸੀ ਔਰ ਅੰਦਰ ਕਿਸ ਚੀਜ਼ ਨੂੰ ਅੱਗ ਲੱਗੀ ਹੋਈ ਆ। ਅੱਗ ਇੰਨੀ ਕੁ ਜ਼ਿਆਦਾ ਵੱਧ ਚੁੱਕੀ ਸੀ, ਸਾਨੂੰ ਪਤਾ ਹੀ ਉਸ ਟਾਈਮ ਤੇ ਲੱਗਿਆ ਅੱਗ ਦਾ ਜਦੋਂ ਸਾਨੂੰ ਇਤਲਾਹ ਆਣੀ, ਅਸੀਂ ਉਸੇ ਟਾਈਮ ਛੋਟਾ ਹੱਥੀ ਲੈ ਕੇ ਆ ਗਏ ਹਾਂ ਤਾਂ ਕਿ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ, ਤਾਰਾਂ ਨਹੀਂ ਹੋਈਆਂ ਹੁੰਦੀਆਂ ਸਰ ਗੱਡੀਆਂ ਤੇ। ਅਸੀਂ ਮੌਕੇ ਤੇ ਪਹੁੰਚ ਗਏ ਸੀ, ਅੱਗ ਉਸ ਟਾਈਮ ਤੱਕ ਇੰਨੀ ਵੱਧ ਚੁੱਕੀ ਸੀ ਔਰ ਮਾਲਕਾਂ ਨੂੰ ਆਪ ਨਹੀਂ ਪਤਾ ਕਿ ਅੰਦਰ ਕਿਹੜੀ ਕਿਹੜੀ ਚੀਜ਼ ਪਈ। ਮੋਟਰਸਾਈਕਲ ਪਿਆ ਅੰਦਰ ਤੇ ਹੋਰ ਫਲੇਮੇਬਲ ਚੀਜ਼ਾਂ, ਇਨਵਰਟਰ ਚੱਲ ਰਿਹਾ ਅੰਦਰ। ਉਹਨਾਂ ਨੇ ਸਾਨੂੰ ਦੱਸਿਆ ਨੂੰ ਅਸੀਂ ਆਪ ਕੈਰੀ ਕਰਕੇ ਉਹਨਾਂ ਚੀਜ਼ਾਂ ਨੂੰ ਬਾਹਰ ਲਿਆਂਦਾ। ਤੇ ਤੁਹਾਨੂੰ ਯਾਨੀ ਕਿ ਅੰਦਰੋਂ ਸਿਲੰਡਰ ਵਗੈਰਾ ਤੇ ਮੋਟਰਸਾਈਕਲ ਵੀ ਮਿਲੇ? ਸਰ ਸਿਲੰਡਰ ਇਹਨਾਂ ਨੇ ਕੱਢ ਲਏ ਸੀ ਬਾਹਰ ਪਹਿਲਾਂ, ਪਰ ਮੋਟਰਸਾਈਕਲ ਵਗੈਰਾ ਅੰਦਰ ਹੀ ਖੜਾ ਸੀ ਅਜੇ। ਤੁਹਾਨੂੰ ਇਤਲਾਹ ਦਿੱਤੀ ਸੀ ਮੋਟਰਸਾਈਕਲ ਦੀ ਇਹਨਾਂ ਨੇ? ਨਹੀਂ, ਇਹਨਾਂ ਨੇ ਨਹੀਂ ਦਿੱਤੀ ਇਤਲਾਹ ਸਾਨੂੰ, ਉਹ ਅਸੀਂ ਆਪ ਦੇਖਿਆ ਬਾਹਰ ਦੇ ਅੰਦਰ। ਤੇ ਦਮਕਲ ਵਿਭਾਗ ਦੀ ਕਿੰਨੀਆਂ ਗੱਡੀਆਂ ਅੱਗ ਤੇ ਕਾਬੂ ਪਾਇਆ ਗਿਆ? ਇਹ ਸਰ 4 ਗੱਡੀਆਂ ਲੱਗੀਆਂ ਜੀ, 4 ਤੋਂ 5 ਗੱਡੀਆਂ ਲੱਗੀਆਂ। ਅੱਗ ਦੇ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਨਾ ਹੋਇਆ? ਨਹੀਂ ਨਹੀਂ, ਜਾਨੀ ਨੁਕਸਾਨ ਤਾਂ ਨਹੀਂ ਹੋਇਆ। ਉੱਥੇ ਹੀ ਨਾਭਾ ਦੇ ਨਜ਼ਦੀਕੀ ਪਿੰਡ ਦੁਲੱਦੀ ਦੇ ਨਜ਼ਦੀਕ ਕਬਾੜ ਦੇ ਇੱਕ ਗੋਦਾਮ ਵਿੱਚ ਅੱਜ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਘਟਨਾ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ 5 ਗੱਡੀਆਂ ਮੌਕੇ ਉੱਤੇ ਪਹੁੰਚੀਆਂ, ਜਿਨ੍ਹਾਂ ਨੇ ਸਖਤ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਦਰਪਣ ਸਿੰਘ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਰਨ ਲੱਗੀ ਹੈ ਅਤੇ ਇਸ ਕਾਰਨ ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਧਰ ਮੌਕੇ ਉੱਤੇ ਮੌਜੂਦ ਪਟਿਆਲਾ ਦੇ SSP ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਇੱਥੇ ਹਾਲਾਤ ਫਿਲਹਾਲ ਕਾਬੂ ਹੇਠ ਹਨ। ਦੁਕਾਨ ਖੋਲੀ ਪਈ ਸੀਗੀ, ਉੱਪਰੋਂ ਸਪਾਰਕ ਗਿਰੀ ਹੈ, ਆਹ ਤਾਰਾਂ ਦਾ ਉੱਪਰ ਸਾਰਾ ਝੰਝਟ ਸਾਰਾ ਹੋ ਰਹੀ ਹੈ। ਆਹ ਖੰਭਾ ਲੱਗਿਆ ਤੁਹਾਡੇ ਸਾਹਮਣੇ ਦੇਖ ਲਓ, 2 ਖੰਭੇ ਲੱਗੇ ਪਏ ਨੇ, ਉੱਥੋਂ ਸਪਾਰਕ ਗਿਰੀ ਹੈ ਥੱਲੇ। ਫਿਰ ਤੁਹਾਨੂੰ ਪਤਾ ਸਮਾਨ ਪਿਆ, ਟਾਇਰ ਟੂਰ ਪਏ, ਮੈਟ ਮੂਟ ਦੇ ਪਏ ਨੇ, ਉਹਦੇ ਕਰਕੇ ਉਹਨੂੰ ਕੱਪੜੇ ਕੁੱਪੜੇ ਨੂੰ ਅੱਗ ਲੱਗੀ, ਫਿਰ ਅੱਗ ਵੱਧ ਗਈ। ਮੇਨ ਕਾਰਨ ਕੀ ਆ ਅੱਗ ਲੱਗਣ ਦਾ? ਹਾਂਜੀ ਸਰ, ਹਾਂ ਸ਼ੋਰਟ ਸਰਕਟ ਹੀ ਹੈ ਜੀ। ਅੱਛਾ, ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਤਾਂ ਦੇਖੋ ਜੀ, ਹੁਣ ਤਾਂ ਬਾਹਰ 2-3 ਗੱਡੀਆਂ ਸੀਗੀਆਂ, ਉਹ ਸਾਰੀਆਂ ਫੁੱਕੀਆਂ, ਬਾਕੀ ਅੰਦਰ ਸਮਾਨ ਹੁਣ ਬਾਕੀ ਖੋਲ੍ਹੇ ਪਤਾ ਲੱਗੂਗਾ ਜੀ ਸਮਾਨ ਖੋਲ੍ਹਦਾ। ਆਈਡੀਆ ਦਾ ਦੇਖ ਲਓ ਹੁਣ ਤੁਸੀਂ ਵੀ, 4-5 ਲੱਖ ਰੁਪਏ ਦਾ ਨੁਕਸਾਨ ਤਾਂ ਹੋ ਗਿਆ ਹੋਣਾ ਜੀ। ਇਹ ਗੈਰੇਜ ਸੀਗੀ, ਕੀ ਸੀ ਇਹ, ਕੰਮ ਕੀ ਕਰਦੇ ਸੀ ਇਹਦੇ ਵਿੱਚ? ਇਹ ਸਪੇਅਰ ਪਾਰਟ ਦਾ ਜੀ, ਸਪੇਅਰ ਪਾਰਟ ਦਾ ਜੀ। ਕੋਈ ਕਬਾੜ ਦੀ ਦੁਕਾਨ ਸੀ, ਕਬਾੜ ਦੀ ਦੁਕਾਨ ਦੇ ਵਿੱਚ ਉਹਨੂੰ ਜਿਹੜੀਆਂ ਬਿਜਲੀ ਦੀਆਂ ਤਾਰਾਂ ਦਾ ਕੋਈ ਸਪਾਰਕ ਹੋਇਆ ਅਤੇ ਉਹਦੇ ਵਿੱਚੋਂ ਅੱਗੇ 2-3 ਕਾਰਾਂ ਜਿਹੜੀਆਂ ਜਲ ਗਈਆਂ ਅਤੇ ਉਹਦੇ ਵਿੱਚ ਉਹਨੂੰ ਜਿਹੜੀਆਂ ਹੁਣ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਗਈਆਂ। ਮੈਂ ਤਾਂ ਬਾਈ ਚਾਂਸ ਇੱਥੋਂ ਲੰਘ ਰਿਹਾ ਸੀ ਅਤੇ ਮੈਂ ਦੇਖਿਆ ਟ੍ਰੈਫਿਕ ਬੜਾ ਉਹ ਦਿੱਕਤ ਆ ਰਹੀ ਸੀ ਲੋਕਾਂ ਨੂੰ, ਇਸ ਕਰਕੇ ਟ੍ਰੈਫਿਕ ਨੂੰ ਸਮੂਥ ਢੰਗ ਨਾਲ ਕਰਾ ਲਿਆ, ਉਹਦੇ ਵਿੱਚੋਂ ਲੰਘਾ ਲਿਆ ਅਤੇ ਮੈਨੂੰ ਲੱਗਦਾ ਛੇਤੀ ਕਾਬੂ ਹੋ ਜੂਗਾ। ਬੇਸਿਕਲੀ ਹੁਣ ਅੱਗ ਤਾਂ ਕਾਬੂ ਆ, ਕਿਤੇ ਆਸੇ ਪਾਸੇ ਤਾਂ ਨਹੀਂ ਫੈਲ ਰਹੀ, ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ ਨੇ। ਕੰਟਰੋਲ ਆ ਸਰ? ਹਾਂਜੀ, ਫਿਲਹਾਲ ਕੰਟਰੋਲ ਤੇ। ਤੇਲ ਨਹੀਂ ਹੈ ਇਹਨਾਂ ਦੇ, ਤੇਲ ਹੁੰਦਾ ਵੱਡਾ ਹਾਦਸਾ ਵੀ ਹੋ ਸਕਦਾ? ਨਹੀਂ, ਨੈਚੁਰਲੀ ਜੀ ਜਦੋਂ ਅੱਗ ਲੱਗਦੀ ਹੈ ਤਾਂ ਵੱਡਾ ਹਾਦਸਾ ਦਾ ਹਮੇਸ਼ਾ ਹੀ ਡਰ ਹੁੰਦਾ, ਬਟ ਉਹਨੂੰ ਲੋਕਲ ਫਾਇਰ ਬ੍ਰਿਗੇਡ ਦੇ ਅਧਿਕਾਰੀ ਲੱਗੇ ਹੋਏ ਆ, ਬੜਾ ਠੀਕ ਕੰਮ ਹੋ ਰਿਹਾ। ਹੁਣ ਪਰਪਸ ਇਹ ਆ ਵੀ ਇਹ 'ਤੇ ਅੱਗ 'ਤੇ ਛੇਤੀ ਤੋਂ ਛੇਤੀ ਕਾਬੂ ਹੋ ਜਾਵੇ। ਕਨਵਰਟ ਕਰਨ ਵਾਸਤੇ ਵੀ ਕੁਝ ਕੀਤਾ ਗਿਆ? ਹਾਂਜੀ, ਹਾਂ ਹੁਣ ਉਹਨੂੰ ਬੇਸਿਕਲੀ ਜਿਹੜਾ ਮੇਨ ਟ੍ਰੈਫਿਕ ਫਸਿਆ ਸੀ ਉਹ ਗਰਮੀ ਹੈ, ਕਈ ਛੋਟੇ ਬੱਚੇ ਆ ਵਹੀਕਲਾਂ ਦੇ ਵਿੱਚ, ਉਹਨਾਂ ਨੂੰ ਲੰਘਾਤਾ, ਪਾਸੋਂ ਟ੍ਰੈਫਿਕ ਡਿਵਰਟ ਕਰ ਲਾਂਗੇ।